ਜਿਹੜੀ ਇਹ ਸੀਜ਼ਨ ਦੀ ਪਹਿਲੀ ਧੁੰਦ ਆ ਜੀ, ਧੁੰਦ ਬਹੁਤ ਜ਼ਿਆਦਾ ਪੈ ਰਹੀ ਆ, ਆਉਣ ਜਾਣ 'ਚ ਬੜੀ ਦਿੱਕਤ ਆ ਰਹੀ ਆ, ਜਿਹੜੀਆਂ ਮੋਟਰ ਗੱਡੀਆਂ ਇਹਨਾਂ ਨੂੰ ਵੀ ਸਮੱਸਿਆ ਜਾਮ ਲੱਗੇ ਪਏ ਆ, ਇਸ ਕਰਕੇ ਧੁੰਦ ਦਾ ਜਿਹੜਾ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਜੀ। ਇਹ ਲਗਾਤਾਰ ਇਹ ਧੁੰਦ ਪੈਂਦੀ ਰਹੀ ਤਾਂ ਠੰਡ ਵੀ ਬਹੁਤ ਜ਼ਿਆਦਾ ਵੱਧ ਜਾਣੀ ਹੈ, ਅੱਜ ਵੀ ਠੰਡ ਕਾਫੀ ਜ਼ਿਆਦਾ ਹੈਗੀ ਹੈ। ਦੇਖੋ ਜਿਹੜੀ ਇਹ ਧੁੰਦ ਪਈ ਹੈ, ਵੈਸੇ ਤਾਂ ਠੀਕ ਹੈ, ਹਾਲੀ ਵੈਸੇ ਇੱਕ ਦੀ ਬਾਰਿਸ਼ ਹੋ ਜਾਂਦੀ ਉਹ ਵਧੀਆ ਸੀਗਾ, ਬਾਰਿਸ਼ ਨਾ ਹੁੰਦਾ ਜਿੰਨੀ ਇਹ ਧੂੰਏ ਦੀ ਗਹਿਰ, ਦੀਵਾਲੀ ਦੇ ਪਟਾਕਿਆਂ ਦੀ ਗਹਿਰ ਸੀ ਜਾਂ ਕੋਈ ਪਰਾਲੀ ਦਾ ਧੂੰਆਂ ਸੀਗਾ, ਉਹਦੇ ਕਰਕੇ ਗਹਿਰ ਜੀ ਬੜੀ ਬਣੀ ਪਈ ਆ। ਧੁੰਦ ਨਾਲ ਥੋੜ੍ਹਾ ਜਿਹਾ ਫਰਕ ਤਾਂ ਪਏਗਾ, ਪਰ ਬਾਰਿਸ਼ ਇੱਕ ਹੋਈ ਹੈ ਜਿੰਨਾ ਹੀ ਉੱਪਰ ਗਹਿਰ ਬਣੀ ਪਈ ਸਾਰੀ ਥੱਲੇ ਆ ਜਾਏਗੀ, ਕੁਝ ਗੱਡੀਆਂ ਦਾ ਧੂੰਆਂ ਵਾ, ਪੋਲਿਊਸ਼ਨ ਜਿਹੜਾ ਬੜਾ ਮਾੜਾ ਹੋਇਆ ਪਿਆ। ਧੁੰਦ ਨਾਲ ਇਸ ਹੋਏਗਾ ਥੋੜ੍ਹਾ ਜਿਹਾ ਜਿਹੜੀਆਂ ਬਿਮਾਰੀਆਂ, ਗਲਾ ਖਰਾਬ, ਛਾਤੀ ਜਾਮ, ਬਲਗਮ, ਇਹ ਥੋੜ੍ਹੀ ਜਿਹਾ ਫਰਕ ਪਏਗਾ। ਪਰ ਦੇਖੋ ਇਸ ਵੇਲੇ ਵੀ ਇਹ ਹਾਲ ਹੈ ਕਿ ਧੂੰਏ ਨਾਲ ਜਲਨ, ਅੱਖਾਂ ਦੇ ਜਲਨ ਹੋ ਰਹੀ ਹੈ। ਉਹ ਸਮੋਗ ਦੇ ਫੋਗ 'ਚ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਆ? ਨਹੀਂ ਹਾਲੀ ਇਹ ਉਡੇ ਨਹੀਂ ਕਹਿ ਸਕਦੇ ਅਸੀਂ, ਮੈਂ ਹੁਣ ਯੂਨੀਵਰਸਿਟੀ ਤੋਂ 3 ਕਿਲੋਮੀਟਰ ਪਿੱਛੋਂ ਸਾਡੇ ਤੋਂ ਆਉਂਦਾ, ਪਰ ਸਵੇਰੇ ਜਦ ਮੈਂ ਆਇਆ ਤਾਂ ਉਸ ਵੇਲੇ ਬਹੁਤ ਜ਼ਿਆਦਾ ਧੁੰਦ ਸੀ। ਹਾਂਜੀ ਧੁੰਦ ਸੀ ਔਰ ਕਾਫੀ ਥੋੜ੍ਹਾ ਮੌਸਮ ਦਾ ਫਰਕ ਵੀ ਪਿਆ, ਠੰਡ ਵੀ ਬਹੁਤ ਹੋ ਗਈ ਆ, ਪਰ ਇਹ ਲੱਗਦਾ ਵੀ ਇਹ ਧੁੰਦ ਘੱਟ ਹੈ, ਧੂੰਏ ਦਾ ਅਸਰ ਜ਼ਿਆਦਾ, ਕੋਈ ਇਸ ਤਰ੍ਹਾਂ ਦਾ ਲੱਗਦਾ ਹਾਲੇ ਕੋਈ ਜ਼ਿਆਦਾ ਧੁੰਦ ਨਹੀਂ ਹੈਗੀ ਵੈਸੇ, ਪਰ ਧੁੰਦ ਦਾ ਅਸਰ ਜ਼ਰੂਰ ਨਜ਼ਰ ਆਉਣ ਡਿਆ।